बिस्मिल्लाहिर्रहमानिर्रहीम, अस्सलाम वालेकुम। ठीक है तुसा? असा भी ठीक ठाक हाँ। तो मैं आई बनानी हाँ कहना साग कड़मै ना साग ते नाल विच बस आलू त्रै प्याज एदा मैं कट्टी किंदे ते थूम अदरक ते ग्रीन चिली ते ऑयल ग्रीन धनिया ते दो टमाटर एक रेड साबुत चिली दो आलू ते ये सारे कुला हल्दी ते रेड चिली चिट्टा जीरा ते कश्मीरी रेड चिली पाउडर ते एदा साग भी मैं कट्टी ते इसकी धोई किंदा आलमा की ते सागै की ते गंदला ना साग आ सारे कुल कड़मै ना एदा देशका रखी छड़िया था। मैं इसने विच सबसे पहलू ऑयल बासा ते प्याज सब कश्मीरी सॉस दो स्पून मिक्स मसाले नमक थोड़ा जो पाओ बया जो रेडी अगर मैं बया उसका प्याज है प्याज है ना नमक सब दिखो प्याज बया ना ब्रो मैं मार दूँगी हम असा इसकी मिक्स कर सा हम अस इसकी 5 मिनट में भाला एकदम दे सकता आलू फिर बाद पास मैं चंगा निक्का कटिया सा इस मत जितना निक्का साग कट सो उतना बेला गली जासी आलू में बच रहे इसमें मैदा रेड चिली बच रही ऐदा पानी सुक्की गया सारा हूँ मैं इन्ना की सागा की ऐदा भुनी पी थोड़ा जा पानी नहीं है पानी ना तमका में लाया सा ऐ दो घूट खाली जे आलू सारे गलो पानी सारा बिचू ऐदा रुकी जाइ गया ना ड्राई हो गया ग्रीन धनिया एक ग्रीन चिली ये बहुत सहायक है खुशबू इसकी ये साग आलू सही बनाया नाइस हो सो मैं तो इतना लाई करनी है ना इतने भी देसी साग आ कल मार्केट असा ढकिया ना कल फिर मैं जल्दी घर आई फिर हस्बैंड भेजा मैं जो ही नहीं छो
ਇਹ ਕੱਲ ਕੋਲ ਹੀ ਗਏ ਹਾਂ, ਲੇਟ ਹੋਈ ਗਏ, ਪਤਾ ਨਹੀਂ ਕਿਹਾ ਤਾਂ ਫਿਰ ਅੱਜ ਹੀ ਮਿਲੇ। ਹੁਣ ਅਸਾਂ ਬਲੀਵ ਕਰ ਸਕ ਪੂਰੇ ਘਰੇ ਵਿੱਚ ਨਹੀਂ, ਸਾਡੀ ਨਹੀਂ ਕੁਛ ਹੋ ਜਾਣੀ ਸੀ, ਕਈ ਰੋਟੀਆਂ ਹੋਣਗੀਆਂ ਗਰਮ ਗਰਮ ਪੱਕੀਆਂ ਹੋਈਆਂ, ਬੜਾ ਨਾਈਸ ਲੱਗਣਾ। ਇੱਕ ਵਾਰੀ ਪਾਕਿਸਤਾਨ ਦੇ ਬਾਰੀਆਂ 'ਚ ਹੋਣਾ ਨਾ ਗੰਦਲਾ ਨਾ ਸਾਗ, ਫਿਰ ਮੈਂ ਆਪਣੀ ਮਾੜੀ ਫਰੈਂਡ ਹੀ ਪਾਕਿਸਤਾਨ ਰਹਿੰਦੀ, ਤਾਂ ਮੈਂ ਵੀ ਉਸ ਕੇ ਆਇਆ ਸਾਂ, ਮੈਂ ਜਾਇਆ ਕਰ ਸਾ ਤਰੀਕੇ ਨਾਲ ਵਾਸਤੇ ਗੰਦਲਾ ਭੇਜਿਆ, ਉਸ ਵੀ ਕਿਆ ਗੱਲ ਕੀਤੀ ਗਈ ਮੈਂ ਲਾਈਕ ਬਾਰੀ ਦੇ ਵਿੱਚ ਗਈ, ਬਾਰੀਆਂ ਵਿੱਚ ਹੋਣਾ ਨਾ ਸਾਗ, ਉੱਥੋਂ ਫਿਰ ਬਾਰੀ ਵਿੱਚ ਚੁਣੀ ਤਾਂ ਘਰ ਆਈ, ਫਿਰ ਉਸਕੀ ਸਾਫ਼ ਸੁਥਰਾ ਕਰੀ ਧੋਈ, ਤਾਂ ਮੁੜੀ ਉਸ ਕਿਆ ਗੱਲ ਕੀਤੀ ਜੇ ਸਾਗ ਹੈ ਕਿ ਕੱਟਿਆ ਕੱਟੀ ਧੋਈ ਵਾਸ਼ ਕਰੀ, ਤਾਂ ਫਿਰ ਉਬਾਲਿਆ ਸਾਗ ਹੈ ਕਿ ਗੰਦਲਾ ਕਿਸ ਲਾਈਕ ਉਬਾਲੀ, ਤਾਂ ਫਿਰ ਇੱਕ ਪਲਾਸਟਿਕ ਨਾਲ ਡੱਬਾ ਜਾ ਕੇ ਦੱਸ, ਤਾਂ ਉਸਨੇ ਵਿੱਚ ਬਾਈ ਡੂੰਘੇ ਦਰਿਆ, ਫਿਰ ਉਸਨੇ ਇੱਕ ਭੈਣ ਰਸ਼ਮੀ ਸੀ ਯੂਕੇ, ਉਸ ਆਖੀ ਮਾਫੀ ਇਹ ਸਾਗ ਭੇਜਿਆ ਆਉਣ ਤੱਕ ਮੈਂ ਕਿਤਨਾ ਵਾਹ ਕੀਤਾ ਸਾਗ, ਇਹ ਸਾਗ ਫਿਰ ਬਾੜੀ 'ਚ ਚੁਣਿਆ, ਫਿਰ ਧੋਈ ਕੱਟੀ ਨਿੱਕਾ ਨਿੱਕਾ, ਫਿਰ ਬਾਲ ਕਰਾਈ, ਮਾਸੀ ਭੇਜੀ ਸ਼ਿਆ ਸਾਨ, ਹੁਣ ਤੂੰ ਇਸ ਕੀ ਕਰੀ ਸ਼ੁਰੂ, ਫਿਰ ਫ੍ਰੀਜ਼ਰ 'ਚ ਰੱਖੀ ਸ਼ੁਰੂ, ਪਹਿਲਾਂ ਤਾਂ ਆਪਦੀ ਕਰਸੀ, ਉਸਲੇ ਤੂੰ ਤੜਕਾ ਲਈ ਕਿੰਨਿਆਂ ਕਰਿਆ, ਬਲੀਵ ਕਰ ਸੋ ਉਹਨਾਂ ਨਾਲ ਇਤਨਾ ਹੀ ਟੇਸਟ ਸਾ, ਜੇ ਕੋਈ ਸਾਵਾਂ ਨਾ ਜਾਂ ਸਰਿਆਂ ਦੀਆਂ ਗੰਦਲਾਂ ਹੋਣੀਆਂ ਨਾ, ਇਹਨਾਂ ਨਾਲ ਬੜਾ ਟੇਸਟ ਹੋਣਾ, ਇਹ ਨਾਈਸ ਜਿਹੀਆਂ ਪੱਕੀਆਂ ਵੀ ਹੋਣ, ਉਹ ਫਿਰ ਮੈਂ ਫ੍ਰੀਜ਼ਰ 'ਚ ਰੱਖੀ ਛੱਡੀਆਂ, ਅੱਲਾ ਮੈਂ ਆਪਦੀ ਕਰਨਾ ਸਾ, ਉਸਲੇ ਮੈਂ ਕੀ ਕਰਨੀ ਸੀਆਂ, ਇਸੇ ਤਰ੍ਹਾਂ ਪਿਆਜ਼ ਟਮਾਟਰ ਕੱਟੀ ਮੈਂ ਤੜਕਾ ਲਾਈ ਕੇ ਮਿਕਸੀਆਂ, ਇਤਨੀਆਂ ਸੋਹਣੀਆਂ ਉਹ ਸਾਫ਼ ਸੁਥਰੀਆਂ ਕਰੀ, ਗਾਲੀ ਪੈ ਗਈਆਂ ਡੱਬੇ ਵਿੱਚ ਬਾਈ ਨਾ ਭੇਜੀਆਂ, ਬਸ ਖਾਲੀ ਮੈਂ ਥੋੜ੍ਹੀਆਂ ਜਿਹੀਆਂ ਕੱਢਣੀਆਂ ਸੀਆਂ ਉੱਥੋਂ ਫ੍ਰੀਜ਼ਰ 'ਚੋਂ, ਮੁੜੀ ਤੜਕਾ ਲਾਈ ਕੇ ਮਿਕਸੀਆਂ, ਇਸੇ ਤਰ੍ਹਾਂ ਹੀ ਬਣੀਆਂ ਸੀਆਂ, ਉਹ ਨਹੀਂ ਜ਼ਿਆਦਾ ਮੈਨੂੰ ਨਾ ਨਹੀਂ ਪਈਆਂ, ਮੈਂ ਪੂਰੇ ਘਰੇ ਵਿੱਚ ਕੁਛ ਹੋ ਜਾਣੀ ਸੀ, ਮੇਰੇ ਪਰਸੋਂ ਰੋਟੀਆਂ ਨਾਲ ਗਲਾਸਾਂ ਗਰਮ ਗਰਮ ਸਹੀ ਹੋਈਆਂ, ਇੰਜੋਏ ਕਰੀ ਦਾ ਰੋਟੀ ਖਾਸਾ, ਇਹਦਾ ਮੈਨੂੰ ਭੁੱਜਣਾ ਪਿਆ ਨਾ, ਕੋਈ ਲੈ ਪੁੱਛਣਾ ਪਿਆ, 15-20 ਮਿੰਟ ਖਾ ਲਈ ਮੈਂ ਕੀ ਸਾਂ, ਦੇਸੀ ਘਿਓ ਸ਼ਾਈਨਿੰਗ ਦੇਣੀਆਂ ਪਈਆਂ ਗੰਦਲਾਂ ਸਾਰੀਆਂ, ਸਮਝਾਉਣ ਰੈਡੀ ਆ, ਇੱਥੇ ਇਹਦਾ ਥੋੜ੍ਹਾ ਜਿਹਾ ਚਿੱਟਾ ਜ਼ੀਰਾ ਵੀ ਗ੍ਰੈਂਡ ਹੋਇਆ ਵਾ, ਇਹ ਮੈਂ ਹੁਣ ਥੋੜ੍ਹਾ ਬਾਈ ਛੱਡ ਸਾਂ, ਫਿਰ ਇਸ ਕੀ ਨਹੀਂ ਕਰ ਸਾਂ, 5-8 ਮਿੰਟ ਦਵਾਂ ਚਾਹੀਦੇ ਸਾਂ, ਸਾ ਗਿਆ ਕੀ ਇਹਦਾ ਚਿੱਟਾ ਜ਼ੀਰਾ ਹੁਣ ਥੋੜ੍ਹਾ ਪਾ ਸਾਂ, ਇਹ ਤਾਂ ਕੋਸਾ ਸਾਗ ਰੈਡੀ ਹੋਈ ਗਿਆ, ਤਾਂ ਹੁਣ ਇਸ ਕਹਿੰਦਾ ਆ ਇਹਦਾ ਓਇਲ ਵੀ ਛੋੜੀਏ ਆ, ਮੈਂ ਦੇਸੀ ਓਇਲ ਬਹਿਆ ਸਾ ਇਸ ਵਿੱਚ, ਬਟਰ 2 ਚਮਚਾਂ ਬਹੀਆਂ ਸੀਆਂ, ਪਹਿਲਾਂ ਮੈਂ ਸਾਗਾ ਹੀ ਭੁੰਨੀ ਸੀਆਂ ਨਾ ਉਸਲੇ, ਤਾਂ ਹੁਣ ਇਹਦੇ ਕੋਲ ਕਿਤਨਾ ਭੁੱਜੀ ਗਿਆ, ਇੱਠੋਂ ਆਂਡੀ ਵੀ ਸਾਨੂੰ ਪੀ, ਤਾਂ ਹੁਣ ਇਸਨੇ ਵੀ ਚਿੱਟਾ ਜ਼ੀਰਾ ਵੀ ਥੋੜ੍ਹਾ ਬਾਹਰ ਛਿਆ ਗ੍ਰੈਂਡ ਹੋਇਆ ਵਾ, ਤਾਂ ਚਲੋ ਠੀਕ ਹੈ, ਓਕੇ ਬਾਏ, ਖੁਦਾ ਹਾਫਿਜ਼, ਤੁਸਾਂ ਵੀ ਇਹ ਰੈਸਪੀ ਬਣਾਇਆ ਠੀਕ ਹੈ, ਲਾਈਕ ਕਰ ਸੋ, ਓਕੇ ਬਾਏ, ਖੁਦਾ ਹਾਫਿਜ਼।